بسم اللہ الرحمن الرحیم، السلام علیکم دوستو، امید ہے سب دوست سب بھائی سب ویور خیریت نال ہو دے۔ دوستو آج تواڈے واسطے تین گاواں دی ویڈیو لے کے آیا، ایک گاں انہاں وچوں سوئی ہے، دو گاواں جڑیاں نے او سون والیاں نے۔ ਇਹ ਜਿਹੜੀ ਦੋਸਤੋ ਗਾਂ ਤੁਸੀਂ ਵਹਿ ਤੁਰਦੀ ਵੇਖ ਰਹੇ ਹੋ, ਲਾਖੇ ਰੰਗ ਦੀ ਮਾਸ਼ਾਅੱਲਾ ਭਖਦੀ ਪਈ ਹੈ, ਬੰਦੇ ਬੰਦੇ ਅਤੇ ਕਾਦੂ ਬਰਾਬਰ ਹੈ, ਮਾਸ਼ਾਅੱਲਾ ਅੱਲਾਹ ਦੀ ਜ਼ਿੰਦਗੀ ਕਰੇ। ਸੋਹਣਾ ਥੜ ਚੱਡਾ ਕਾਲੇ ਥਣ ਸਫੈਦ ਚੱਡਾ ਕਾਲੇ ਰੰਗ ਦੀ ਦੋਸਤੋ ਆਸਟ੍ਰੇਲੀਅਨ ਫਰੀਜ਼ਨ ਅਕਰਾਸ ਵਹਿੜੇ। ਪਹਿਲਾ ਸੂਆ ਸੋਹਣਾ ਸੂ, ਮੂੰਹ ਚੂ ਚੌਗੀ ਹੈ, ਚਾਰ ਦੰਦੂ ਚਾਰ ਦੰਦ। ਦੋਸਤੋ ਮੈਨ ਤਾਂ ਬਹੁਤ ਪਸੰਦ ਆਈ ਹੈ, ਬੜੀ ਖੂਬਸੂਰਤ ਹੈ, ਅੱਛਾ ਜਾਨਵਰ ਹੈ। ਬਾਕੀ ਪਤਾ ਨਹੀਂ, ਦੋਸਤਾਂ ਨੂੰ ਵੀ ਉਮੀਦ ਹੈ ਆਵੇਗੀ ਜ਼ਰੂਰ ਪਸੰਦ, ਬਾਕੀ ਲੈਣੇ ਦੇਣੇ ਦੋਸਤੋ ਨਸੀਬ। ਦੋਸਤੋ ਕੱਲ੍ਹ ਹਾਜੀ ਸਾਹਿਬ ਰਾਤੀ ਜਾਂ ਕੁਝ ਦੇਰ ਪਹਿਲੇ 4 ਵਜੇ ਦੇ ਕਰੀਬ ਤਕਰੀਬਨ ਤਿੰਨ ਗਾਵਾਂ ਲੈ ਕੇ ਹੋਰ ਆਏ ਸਨ, ਜਿਹਦੇ 'ਚ ਇੱਕ ਗਾਂ ਦੇ ਦਿੱਤੀ ਸੀ। ਇਹ ਬੜੀ ਅੱਜ ਹੀ ਆਈ ਹੈ, ਕੱਲ੍ਹ ਹੀ ਕੋ ਖੁਸ਼ਾਬ ਦੇ ਬੰਦੇ ਕਿਹੜੇ ਪਾਸੇ ਦੇ ਬੰਦੇ ਸਨ, ਉਹ ਗਾਂ ਇੱਕ ਲੈ ਕੇ ਸਨ, ਸੂਈ ਸੀ ਉਹ ਵੀ, ਇਹ ਗਾਂ ਸੂਈ ਹੈ ਵੇ, ਜਾਇਜ਼ ਕੀਮਤ ਦੀ ਗਾਂ ਹੈ, ਗਾਂ ਵੱਡੀ ਗਾਂ ਕੋ ਦੁੱਧ ਥੋੜ੍ਹਾ ਹੈ। ਉਹੀ ਤੁਹਾਨੂੰ ਦਿਖਾਉਂਦੇ ਵੱਛੀ ਗਾਂ ਦੇ ਮਗਰ ਹੈ, ਪਤਾ ਨਹੀਂ ਕਿਸ ਦੋਸਤ ਨੂੰ ਪਸੰਦ ਆ ਜਾਏ, ਕਿਹਦੇ ਦੇ ਮਤਲਬ ਦੀ ਹੋਵੇ। ਬਾਕੀ ਦੋਸਤੋ ਇੱਕ ਹੋਰ ਗਾਂ ਹੈ ਲਾਖੇ ਕਲਰ ਵਿੱਚ, ਕੋਡੀ ਦੂਜਾ ਸੂਆ ਸੋਹਣਾ ਸੂ, ਵੱਡੇ ਕੱਦਾਂ ਦੀ ਹੈ, ਭਾਰੀ ਵਹਿੜੀ ਹੈ, ਮਾਸ਼ਾਅੱਲਾ ਸੋਹਣੀ ਵਹਿੜੀ, ਸੋਹਣਾ ਜਾਨਵਰ ਹੈ। ਦੁੱਧ ਤਾਂ ਲੈਣਾ ਦੇਣਾ ਦੋਸਤੋ ਨਸੀਬ ਹੈ, ਲੇਕਿਨ ਜਾਨਵਰ ਹੈ ਦੋਵੇਂ ਜਿਹੜੇ ਨਾ ਵਹਿਣਾ ਮਾਸ਼ਾਅੱਲਾ ਇੱਕੋ ਜੀਆਂ ਅਤੇ ਸੋਹਣੀਆਂ, ਲਪਾਕ ਇਹਨਾਂ ਦੀ ਜ਼ਿੰਦਗੀ ਕਰੇ। ਦੋਸਤੋ ਦੂਜੀਆਂ ਵੀ ਤੁਹਾਨੂੰ ਵਿਖਾਉਂਦੇ ਹਾਂ ਵਹਿਣਾ, ਸਭ ਦੀ ਵੀਡੀਓ ਕਾਫੀ ਬਣਾਈ ਹੈ ਤਾਂ ਕਿ ਤਸੱਲੀ ਨਾਲ ਤਫਸੀਲ ਨਾਲ ਤੁਸੀਂ ਜਾਨਵਰ ਦੇਖ ਸਕੋ, ਹਰ ਲਿਹਾਜ਼ ਨਾਲ ਹਰ ਤਰ੍ਹਾਂ ਵੀਡੀਓ ਬਣਾਈ ਹੈ। ਮਾਸ਼ਾਅੱਲਾ ਦੋਸਤੋ ਵੈੜੀ ਪਖਦੀ, ਅੱਲਾ ਪਾਕ ਦੀ ਜ਼ਿੰਦਗੀ ਕਰੇ, ਸੋਹਣਾ ਕੰਦ ਸੂ, ਸੋਹਣੇ ਰੰਗ ਸੂ, ਥਣ ਜਿੱਡਾ ਸੋਹਣਾ ਸੂ, ਅਲੀ ਕੱਚੀ ਹੈ ਦੋਸਤੋ, ਦਿਹਾੜੇ 8 ਤਕਰੀਬਨ ਨਾ ਲੈ ਜਾਣੇ ਸੋਹਣੇ ਚੂ। ਦੋਸਤੋ ਇੱਕ ਉਹ ਵਹਿੜ ਹੈ ਪਰਾਂ ਖਲੀ, ਦੂਜਾ ਸੂਆ ਸੋਹਣਾ, ਉਹ ਵੀ ਹਾਲੀ ਤਕਰੀਬਨ ਦਿਹਾੜੇ ਜਿਹੜੇ ਨਾ ਮੇਰੇ ਖਿਆਲ ਦੇ ਮੁਤਾਬਕ ਉਹਨੇ ਵੀ 8-10 ਦਿਨ ਲੈ ਜਾਣੇ ਹਾਲੀ ਸੋਹਣੇ 'ਚ। ਯਾਦਪੁਰ ਪਿੰਡ ਤੋਂ ਪਹਿਲਾਂ ਹੀ ਨਾ ਜੀ, ਖੱਬੇ ਪਾਸੇ ਡੇਰਾ, ਕਿਸੇ ਕੋਲ ਪੁੱਛ ਵੀ ਲੈਣਾ, ਬਾਬੇ ਹਾਜੀ ਬੜਾਇਆ ਗਾ ਜੀ।
ਜੀ ਸ਼ੇਖ ਸਾਹਿਬ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਭਾਈ ਸਾਹਿਬ ਮਾਸ਼ਾਅੱਲਾ ਮਾਲ ਵੇਖੋ ਜਨਾਬ ਤੁਸੀਂ ਵਿਹੜਾ ਦਿਖਾ ਰਹੇ ਹੋ ਜੀ ਵਿਹੜਾ ਅਸੀਂ ਦਿਖਾ ਰਹੇ ਹਾਂ ਜਨਾਬ ਜੀ ਜੀ ਆਹ ਜਿਹੜੀ ਵਿਹੜ ਹੈ ਦੂਸਰਾ ਸੂਆ ਜੀ ਸੁਣਾ ਸੋ ਮਾਸ਼ਾਅੱਲਾ ਜੀ ਕੰਮ ਸੋ ਕੰਮ 10 ਤੋਂ 12 13 ਦਿਨ ਕੱਢਦੀ ਜੀ ਜੀ ਤੇ ਬਹੁਤ ਚੰਗੀ ਵਿਹੜ ਬਹੁਤ ਖੂਬਸੂਰਤ ਬਹੁਤ ਇੱਥੇ ਮਾਸ਼ਾਅੱਲਾ ਸੋਹਣਾ ਤੇ ਇਹ ਜਨਾਬ ਲਈ ਫਰੀਜੀਅਨ ਕ੍ਰਾਸ ਇੱਥੇ ਸਾਹੀਵਾਲ ਹੈ ਜੀ ਕੋਈ ਥੋੜੀ ਜੀ ਬਣੀ ਹੈ ਥੋੜੀ ਸਾਹੀਵਾਲ ਥੋੜੀ ਸਾਹੀਵਾਲ ਹੈ ਜਨਾਬ ਤੇ ਦੂਸਰੀ ਵੇੜ ਇਹ ਵੇੜੀ ਜੀ ਇਹ ਪਹਿਲਾ ਸੂਆ ਸੋਹਣਾ ਜੀ ਦੋਂਦੀ ਚੌਕੀ ਮੋਹ ਚੋ ਜੀ ਠੀਕ ਹੋ ਗਿਆ ਜਨਾਬ ਤੇ ਇਹ ਫਰੀਜੀਅਨ ਥੋੜੀ ਆ ਸਾਹੀਵਾਲ ਕ੍ਰਾਸ ਹੈ ਜਿਆਦਾ ਫਰੀਜੀਅਨ ਹੈ ਥੋੜੀ ਸਾਹੀਵਾਲ ਸਾਹੀਵਾਲ ਹੈ ਤੇ ਬਹੁਤ ਖੂਬਸੂਰਤ ਮਾਸ਼ਾਅੱਲਾ ਵੀ ਕੱਚੀ ਵੇੜੀ ਜੀ ਥਣ ਵੇਖੋ ਇੱਥੇ ਵੀ ਮਾਸ਼ਾਅੱਲਾ ਬਣਨਾ ਇੱਥੇ ਅੱਲਾਹ ਪਾਕ ਖੈਰ ਰੱਖੇ ਠੀਕ ਅੱਲਾਹ ਪਾਕ ਖੈਰ ਕੀ ਜਨਾਬ ਤੇ ਇਹਨਾਂ ਦੀ ਛੋਟੀ ਜਿਹੀ ਡਿਮਾਂਡ ਇਹਨਾਂ ਦੀ ਛੋਟੀ ਜਿਹੀ ਡਿਮਾਂਡ ਜੀ ਹੈਦਾ ਜੀ ਥੋੜੀ ਤੇ ਛੋਟੀ ਜਿਹੀ ਫਾਈਨਲ ਦੀ ਡਿਮਾਂਡ 3 ਲੱਖ ਰੁਪਏ ਜੀ ਠੀਕ ਹੋ ਗਿਆ ਜੀ ਤੇ ਹੈ ਸੀ ਜੀ 2.5 ਲੱਖ ਰੁਪਏ ਜੀ ਠੀਕ ਹੋ ਗਿਆ ਜਨਾਬ ਸਾਡੀ ਲੋਕੇਸ਼ਨ ਹੈ ਜ਼ਿਲ੍ਹਾ ਸਰਗੋਧਾ ਹਾਂਜੀ ਮੁਹੰਮਦ ਅਸਲਮ ਜਨਾਬ ਜ਼ਿਲ੍ਹਾ ਸਰਗੋਧਾ ਸਰਗੋਧੇ ਦਾ ਛੋਟਾ ਜਿਹਾ ਸ਼ਹਿਰ ਹੈ ਜਨਾਬ ਚਾਵਰੀਆਂ ਚਾਵਰੀਆਂ ਦੇ ਨਾਲ ਸਾਡਾ ਗਾਂਵ ਹੈ ਜਨਾਬ ਹਯਾਤਪੁਰ ਰਾਬਤਾ ਨੰਬਰ ਹੈ ਜਨਾਬ ਹਾਜੀ ਮੁਹੰਮਦ ਅਸਲਮ ਵੜੈਚ 0341692 ਪੂਰਾ 3995363 ਸਭ ਦੋਸਤਾਂ ਨੂੰ ਭਾਈਆਂ ਨੂੰ ਬੱਚਿਆਂ ਨੂੰ ਗੁਜ਼ਾਰਿਸ਼ ਹੈ ਕਿ ਸਾਡਾ ਮਵੇਸ਼ੀ ਮੰਡੀ ਚੈਨਲ ਜ਼ਰੂਰ ਲਾਇਕ ਕਰਿਆ ਕਰੋ ਹਰ ਵਕਤ ਤੁਹਾਨੂੰ ਨਏ ਤੋਂ ਨਿਆ ਅੱਛੇ ਤੋਂ ਅੱਛਾ ਜਾਨਵਰ ਦੇਖਣ ਵਾਸਤੇ ਖਰੀਦਣ ਵਾਸਤੇ ਮਿਲੇਗਾ ਸਭ ਦੋਸਤਾਂ ਦਾ ਬੱਚਿਆਂ ਦਾ ਭਾਈਆਂ ਦਾ ਮਵੇਸ਼ੀ ਮੰਡੀ ਚੈਨਲ ਲਾਇਕ ਕਰਨ ਦਾ ਦੇਖਣ ਦਾ ਸਭ ਦਾ ਬਹੁਤ ਸ਼ੁਕਰੀਆ ਜੀ ਅਸਲਾਮ ਅਲੈਕੁਮ
दोस्तों एक है गाय, दूसरा सुबह सूई है, दंदू छिगी है। गां दे कोल इस टाइम तकरीबन 2 किलो या 2.5 किलो टाइम दा दूध है सिर्फ। गां चंगी लेकिन दूध ते गां नहीं आई, की वजह? सजरी सूई बिल्कुल ताज़ी गां सूई है, मगर वच्छी सू वच्छी भी दोस्तों तुहानू दिखाने हैं। इहदी कीमत दोस्तों 1,25,000 रुपया सिर्फ। इस दोस्त नूं पसंद होवे, कुछ सांभ सकदा होवे ते उह राबता कर। यह वच्छी दोस्तों इस गां दे, मगर माशाल्लाह वच्छी खूबसूरत सो। बाकी अगर नसीब नहीं, अगली वीडियो तक ज़्यादा चाहवा दोस्तों। अल्लाह हाफिज़, दुआवां याद रखियो जी।